ਕਿ ਸਾਡੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਪੰਜਾਬ ਦੇ ਦਿਲਾਂ ਦੀ ਧੜਕਣ ਚਰਨਜੀਤ ਸਿੰਘ ਜੀ ਕਹਿੰਦੀ ਚੰਦ ਮਿੰਟਾਂ ਚ ਸਾਡੇ ਦਰਮਿਆਨ ਪਹੁੰਚ ਚੁੱਕੇ ਵਾਲੇ ਨੇ, ਜਿਨ੍ਹਾਂ ਨੇ ਕਿ ਅੱਜ ਸ਼ਹਿਰ ਪਲਾਂ ਦੇ ਵਿੱਚ ਰੋਡ ਸ਼ੋਅ ਕਰਨਾ। ਸੋ ਸਾਰਿਆਂ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਪੂਰੀ ਡਿਸਿਪਲਨ ਦੇ ਨਾਲ ਉਹਨਾਂ ਦੇ ਨਾਲ ਚੱਲਣਾ। ਬਹੁਤ ਵੱਡੀ ਖੁਸ਼ੀ ਹੋਈ ਹੈ ਇਸ ਗੱਲ ਦੀ ਕਿ ਕਾਂਗਰਸ ਪਾਰਟੀ ਨੇ ਇੱਕ ਨਿਧੜਕ ਆਗੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਜੀ ਚੰਨੀ, ਜਿਨ੍ਹਾਂ ਨੂੰ ਟੈਂਟ ਦੇ ਕੇ ਤੁਹਾਡੇ ਦਾ ਮਾਣ ਵਧਾਇਆ। ਸਾਰੇ ਸੱਜਣਾਂ ਨੂੰ ਬੇਨਤੀ ਆ ਕਿ ਆਪਾਂ ਇਸ ਮਾਣ ਨੂੰ ਬਰਕਰਾਰ ਰੱਖਦੇ ਹੋਏ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਨੂੰ ਕਾਮਯਾਬ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ। ਇਹ ਸਾਰਿਆਂ ਦੇ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਪੂਰੇ ਡਿਸਿਪਲਨ ਦੇ ਨਾਲ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਉਹਨਾਂ ਦਾ ਵੈਲਕਮ ਕਰਨਾ। ਚੰਦ ਮਿੰਟਾਂ ਦੇ ਵਿੱਚ ਉਹ ਆਪਣੇ ਦਰਮਿਆਨ ਪਹੁੰਚਣ ਵਾਲੇ ਆ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇੱਥੋਂ ਸਾਰਿਆਂ ਨੇ ਉਹਨਾਂ ਦੀ ਅਗਵਾਈ ਵਿੱਚ ਸ਼ਹਿਰ ਦੇ ਵਿੱਚ ਆਉਣਾ ਔਰ ਸ਼ਹਿਰ ਦੇ ਵਿੱਚ ਰੋਡ ਸ਼ੋਅ ਕਰਨਾ। ਸਾਡੇ ਬਹੁਤ ਹੀ ਸਾਡੇ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਕਿ ਐਡੇ ਨਾਮਵਰ ਜਲੰਧਰ ਜ਼ਿਲ੍ਹੇ ਨੂੰ ਲੋਕ ਸਭਾ ਹਲਕਾ ਜਲੰਧਰ ਤੋਂ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਫਿਰ ਧੜਕ ਆਗੂ ਔਰ ਦਲਿਤਾਂ ਦੇ ਦਿਲਾਂ ਦੀ ਧੜਕਣ, ਜਿਨ੍ਹਾਂ ਨੇ ਕਿ ਇੱਥੋਂ ਆਪਣੇ ਇਲੈਕਸ਼ਨ ਦੇ ਵਿੱਚ ਖੜ੍ਹੇ ਹੋਏ ਨੇ। ਸੋ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਧੰਨਵਾਦ ਕਰਦੇ ਹਾਂ। ਲੋਕ ਹੁਮ ਹਮਾ ਕੇ ਉਹਨਾਂ ਦੇ ਇਸ ਰੋਡ ਸ਼ੋਅ ਦੇ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਨੇ। ਕਿਹਦਾ ਕਿਹਦਾ ਨਾਂ ਲਈ ਗਏ, ਬਹੁਤ ਮਹਾਨ ਹਸਤੀਆਂ ਸਾਡੇ ਕੋਲ ਪਹੁੰਚੀਆਂ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਸੁਰਜੀਤ ਸਿੰਘ ਜੀ ਦੁੱਲੇ, ਸਰਪੰਚ ਪ੍ਰਤਾਪਰਾ, ਰਜਿੰਦਰ ਸਿੰਘ ਜੀ ਜਿਹੜੇ ਕਿ ਥੋੜ੍ਹਾ ਜਿਹਾ ਸਮਾਂ ਹੋਇਆ ਆਮ ਪਾਰਟੀ ਨੂੰ ਅਲਵਿਦਾ ਕਹਿ ਕੇ ਆਏ ਨੇ, ਔਰ ਸਰਦਾਰ ਮੱਖਣ ਸਿੰਘ ਜੀ ਖਹਿਰਾ, ਚੇਅਰਮੈਨ ਸਾਹਿਬ ਮਾਰਕੀਟ ਕਮੇਟੀ, ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਵੱਡੀ ਗਿਣਤੀ ਵਿੱਚ। ਪੰਜ ਸਰਪੰਚ ਸਰਦਾਰ ਪਰਮਿੰਦਰ ਸਿੰਘ ਜੀ ਜਿੰਦਰ ਤੂਫਾਨ ਕਲਾਂ ਤੋਂ, ਜਿਹੜੇ ਕਿ ਆਮ ਪਾਰਟੀ ਨੂੰ ਛੱਡ ਕੇ ਚੰਨੀ ਸਾਹਿਬ ਜੀ ਦੀ ਰਹਿਨੁਮਾਈ ਦੇ ਵਿੱਚ ਸ਼ਾਮਿਲ ਹੋਏ ਨੇ, ਔਰ ਜਸਵਿੰਦਰ ਜੱਸੀ ਜੀ ਵਾਈਸ ਚੇਅਰਮੈਨ ਬਲਾਕ ਸਮਿਤੀ ਬਲੌਰ, ਔਰ ਸਾਡੇ ਬਹੁਤ ਹੀ ਸਰਕਾਰ ਜੋ ਕਿਸਾਨ ਕਲਾਂ ਤੋਂ ਸਰਪੰਚ ਪੰਚ ਸਾਹਿਬ ਸਾਰੇ ਪਹੁੰਚੇ ਨੇ, ਪ੍ਰੇਮ ਜੀ ਨੰਬਰਦਾਰ ਜੀ ਟਾਕੀ ਵਾਲੇ ਤੋਂ, ਪੱਪਾ ਸਰਪੰਚ ਜੀ ਹਰੀਪੁਰ ਖਾਲਸਾ ਤੋਂ, ਹੋਰ ਸਾਰੇ ਮੇਰੇ ਭਰਾ ਜਿਨ੍ਹਾਂ ਦਾ ਨਾਮ ਵੀ ਲਿਆ ਹੋਇਆ ਸਾਡੇ ਭੋਸਲੇ ਸਾਹਿਬ ਜੀ ਉਹ ਵੀ ਪਹੁੰਚੇ ਨੇ। ਮੈਂ ਸਾਰੇ ਬੇਨਤੀ ਕਰਨਾ ਕਿ ਲੈਣ ਦੇ ਵਿੱਚ ਇਲਾਕੇ ਕੋਲੋਂ ਜੰਨੀ ਸਾਹਿਬ ਜੀ ਆਉਣ, ਆਪਾਂ ਉਹਨਾਂ ਦਾ ਵੈਲਕਮ ਕਰਨਾ। ਸਰਦਾਰ ਨਵਜੀਤ ਸਿੰਘ ਜੀ ਜਿਹੜੇ ਕਿ ਸਪੁੱਤਰ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਦੇ, ਉਹ ਵੀ ਪਹੁੰਚ ਚੁੱਕੇ ਨੇ ਚੰਨੀ ਜੀ ਬਹੁਤ ਚੰਦ ਮਿੰਟਾਂ ਦੇ ਵਿੱਚ ਸਾਡੇ ਦਰਮਿਆਨ ਪਹੁੰਚਣ ਵਾਲੇ ਨੇ। ਚੰਦੋੜਾ ਸਾਹਿਬ ਜੀ ਵੀ ਆਪਣੇ ਦੇਵਰਾਜ ਜੀ ਵੀ ਸਾਰੇ ਸਾਥੀ ਮੌਕੇ ਦੇ ਅੰਦਰ ਵੀ ਨੇ, ਲੱਕੀ ਸਾਹਿਬ ਜਿਹੜੇ ਅੰਦਰ ਵੀ ਬੈਠੇ ਨੇ ਉਹਨਾਂ ਨੂੰ ਵੀ ਬਾਹਰ ਬੁਲਾ ਲਓ ਤਾਂ ਕਿ ਚੰਦ ਮਿੰਟਾਂ ਦੇ ਵਿੱਚ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਡੇ ਦਰਮਿਆਨ ਪਹੁੰਚਣ ਵਾਲੇ ਨੇ, ਔਰ ਸਾਰੇ ਸੰਤਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਇੱਥੇ ਇਕੱਤਰ ਹੋਏ ਹਾਂ, ਸਾਰਿਆਂ ਨੇ ਇੱਥੇ
ਤੇ ਬਹੁਤ ਬਹੁਤ ਧੰਨਵਾਦ। ਕਟਾਣਾ ਸਾਹਿਬ ਜੀ ਗਾਇਕ ਸਾਹਿਬ ਜੀ ਉਹ ਇੱਥੇ ਪਹੁੰਚੇ ਨੇ ਸਾਰਿਆਂ ਦਾ, ਜਿਨ੍ਹਾਂ ਦੇ ਵਿੱਚ ਨਾਮ ਨਾ ਲੈ ਸਕਿਆ, ਕਈ ਵਾਰੀ ਨਾਮ ਮਾਰ ਤੋਂ ਨਿਕਲ ਜਾਂਦੇ ਨੇ ਸਾਰੇ ਸਰਕਾਰ ਚੋਂ, ਜਿਹੜੇ ਕਿ ਚੰਨੀ ਸਾਹਿਬ ਨੂੰ ਪਿਆਰ ਕਰਨ ਵਾਲੇ ਨੇ ਦਿਲ ਤੋਂ। ਹਾਂ
ਬੇਨਤੀ ਆ ਕਿ ਇੱਕ ਤਾਂ ਬਈ ਸੜਕ ਖਾਲੀ ਕਰ ਦਿਓ ਕਿਉਂਕਿ ਆਵਾਜਾਈ ਨਹੀਂ ਰੁਕਣੀ ਚਾਹੀਦੀ। ਜਿਹੜੀਆਂ ਗੱਡੀਆਂ ਆ ਸੱਜੇ ਪਾਸੇ ਲਾਈਨ 'ਚ ਲੱਗੀਆਂ ਉਹਨਾਂ ਤੋਂ ਅੱਗੇ ਅੱਗੇ ਕਰਕੇ ਗੱਡੀ ਲਾਉਣੀ ਆ। ਸੜਕ ਦੇ ਵਿੱਚ ਕਿਸੇ ਵੀ ਰਵੀਰ ਨੇ ਗੱਡੀ ਨਹੀਂ ਲਾਉਣੀ ਕਿਉਂਕਿ ਅੱਜ ਤੱਕ ਕੀ ਉੱਤੇ ਹੁੰਦੀ ਗੱਲ ਦੇਖ ਲੈ, ਬੀਬੀ ਸੀ ਨੂੰ ਟਾਈਮ ਦਿੱਤਾ ਗੱਲ ਦੇਖ ਲੈ।
ਫਸਲਾ ਹੱਲ ਕੇ ਰਾਤਾ ਖੜਾ ਨਾ ਫਿਰ ਦੁਬਾਰਾ ਹੋਇਆ ਬਾਪੂ ਪੁੱਤ ਨੂੰ ਪੇਟਾ ਮੈਨੂੰ ਚੰਗੀ ਰਹੀ ਲੈ ਕੇ ਚੱਲ Yeah.
ਲੈ ਸਾ ਦੇਖੀ ਅੱਜ ਕੱਲ੍ਹ ਰਾਤ ਦੇ ਪੈਂਦੇ ਮੂਹਰੇ ਵੀ ਥਾਲੀ ਲਵਾਉਂਦੀ ਆ ਮੂਹ ਥੱਕੀ ਰੇ ਆਪਣਾ ਦੇ ਨਾਲ ਵੀ ਉੱਤੇ ਤਾਰੇ ਲੱਗਦੇ ਆ ਸ਼ਾਇਦ ਛੱਡ
ਚੱਲ ਰਿਹਾ ਨਾਰਾ ਲਗਾਉਣਾ ਜ਼ਰੂਰ ਪਤਾ ਲੱਗੇ
ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਬਾਈ ਜੀ ਥੈਂਕ ਯੂ।
Yeah!
ਇੰਡਸਟਰੀ ਤੋਂ ਲੰਘਦਾ ਜਾਊਗੀ ਵੀਡੀਓ ਸਾਡੀ ਵੀ ਲੰਘ ਰਹੀ।